ਤੇ ਮਾਂ ਨਹੀਂ ਮਿਲਣੀ ਆਪੇ ਪਿੰਡ ਦੇ। ਰੱਬ ਘਰ ਛੱਡ ਕੇ ਬਾਹਰੋਂ ਭਾਲਦਾ ਏ, ਮੜੀਆਂ ਵਿੱਚ ਦੀਵੇ ਬਾਲਦਾ ਏ। ਇੱਕ ਵਾਰੀ ਉੱਠ ਕੇ ਮਮਤਾ ਦੀ ਸਿਰੋਂ ਛਾਂ ਨਹੀਂ ਮਿਲਣੀ, ਰੱਬ ਤੇ ਤੈਨੂੰ ਮਿਲ ਜੂ ਸੱਜਣਾ, ਦੇ ਦੇ ਰੱਬ ਤੇ ਤੈਨੂੰ ਮਿਲ ਜੂ ਸੱਜਣਾ, ਮਾਂ ਨਹੀਂ ਮਿਲਣੀ। ਸੋ ਇੱਕ ਵਾਰ ਖੁੱਲ੍ਹ ਕੇ ਤਾੜੀ ਆਪਣੀ ਆਪਣੀ ਬੇਬੇ ਦੇ ਲਈ। ਉਹ ਗੀਤ ਨੂੰ ਤੁਸੀਂ ਬੜਾ ਪਿਆਰ ਬੜਾ ਸਤਿਕਾਰ ਦਿੱਤਾ, ਕਹਿੰਦੇ ਬੜੇ ਚਾਵਾਂ ਦੇ ਨਾਲ ਬੜੇ ਸਤਿਕਾਰ ਦੇ ਨਾਲ ਮਾਂ ਨੇ ਇੱਕ ਇੱਕ ਦਿਨ ਕਰਕੇ ਪੁੱਤ ਨੂੰ ਵਿਆਹਿਆ। ਮਾਂ ਨੇ ਪਾਣੀ ਵਾਰ ਵਾਰ ਪੀਤੇ, ਬੇਬੇ ਵਿਆਹ ਨੂੰ 6 ਮਹੀਨੇ ਲੰਘੇ, ਵੋਟੀ ਕਹਿੰਦੀ ਇਸ ਘਰ ਵਿੱਚ ਜਾ ਤੇਰੀ ਮਾਂ ਰਹੂੰ ਅਤੇ ਜਾ ਰਹੂੰ ਮੈਂ। ਕਹਿੰਦੀ ਕਿੜਕਿੜੇ ਬਹੁਤ ਕਰਦੀ, ਚੁੱਪਾ ਹੀ ਨਹੀਂ ਹੁੰਦੀ, ਮੇਰਾ ਰਹਿਣਾ ਔਖਾ ਭਾਈ, ਇਹ ਤੂੰ ਸੋਚ ਮੈਨੂੰ ਇੱਥੇ ਘਰੇ ਰੱਖਣਾ ਜਾਂ ਆਪਣੀ ਮਾਂ ਨੂੰ ਰੱਖਣਾ। ਕਹਿੰਦੇ ਮੁੰਡਾ ਸਕੂਲ 'ਚ ਟੀਚਰ ਸੀ, ਕਹਿੰਦਾ ਬੇਬੇ ਨੂੰ ਬਿਰਧ ਆਸ਼ਰਮ ਨਾ ਛੱਡਿਆਈਏ। ਸੋ ਬੜੇ ਢੰਗ ਦੇ ਨਾਲ ਆਪਣੀ ਮਾਂ ਨੂੰ ਰਾਤ ਨੂੰ ਕਹਿੰਦਾ ਬੇਬੇ ਸਵੇਰੇ 5 ਵਜੇ ਤਿਆਰ ਰਹੀਂ, ਕਿਤੇ ਜਾਣਾ ਹੈ ਆਪਾਂ। ਕਹਿੰਦੇ ਬੇਬੇ ਨੂੰ ਸਵੇਰੇ ਗੱਡੀ 'ਚ ਬਿਠਾ ਲਿਆ ਅਤੇ 40 ਕਿਲੋਮੀਟਰ ਪਿੰਡੋਂ ਬਿਰਧ ਆਸ਼ਰਮ ਸੀ, ਅਤੇ ਬਿਰਧ ਆਸ਼ਰਮ ਮੋਹਰੇ ਲਾ ਕੇ ਮਾਂ ਨੂੰ ਕਹਿੰਦਾ ਬੇਬੇ ਤੇਰਾ ਘਰ ਅੱਜ ਤੋਂ ਇਹ ਹੈ, ਮੇਰੀਆਂ ਕੁਝ ਮਜ਼ਬੂਰੀਆਂ ਕਿ ਮੈਂ ਤੈਨੂੰ ਆਪਣੇ ਘਰ ਨਹੀਂ ਰੱਖ ਸਕਦਾ, ਮੈਨੂੰ ਮਾਫ਼ ਕਰੀ। ਬੇਬੇ ਨੂੰ ਲਾ ਕੇ ਮੁੰਡਾ ਤੁਰਦਾ ਹੋਇਆ। ਕਹਿੰਦੇ 5 ਦਿਨ, 20 ਦਿਨ, ਮਹੀਨਾ, 2 ਮਹੀਨੇ, 4 ਮਹੀਨੇ, 6 ਮਹੀਨੇ ਬੀਤ ਗਏ, ਮੁੰਡੇ ਨੇ ਮੁੜ ਕੇ ਬਿਰਧ ਆਸ਼ਰਮ ਵੱਲ ਮੂੰਹ ਨਹੀਂ ਕੀਤਾ। ਸੋ ਮਾਂ ਮਿੰਨਤਾਂ ਤਰਲੇ ਕਰਕੇ ਪ੍ਰਬੰਧਕਾਂ ਦੇ ਕਿ ਤੁਹਾਡਾ ਸਵਰਗਾਂ 'ਚ ਵਾਸਾ ਹੋਵੇ, ਪੁੱਤ ਮੇਰੇ 'ਤੇ ਇੱਕ ਅਹਿਸਾਨ ਕਰ ਦਿਓ, ਸਿਰਫ ਇੱਕ ਵਾਰ ਮੇਰੇ ਪੁੱਤ ਨੂੰ ਮਿਲਾ ਦਿਓ। ਕਹਿੰਦੇ ਬੇਬੇ ਤੋਂ ਐਡਰੈਸ ਪੁੱਛ ਕੇ ਅਤੇ ਉਹਨਾਂ ਨੇ ਅਹਿਲਕਾਰਾਂ ਨੇ ਪ੍ਰਬੰਧਕਾਂ ਨੇ ਮੈਸੇਜ ਦਿੱਤਾ ਪੁੱਤ ਤੱਕ, ਭਾਈ ਤੇਰੀ ਮਾਂ ਬਿਮਾਰ ਹੈ, ਉਹਨੂੰ ਇੱਕ ਵਾਰ ਜ਼ਰੂਰ ਮਿਲ। ਕਹਿੰਦੇ ਜਦੋਂ ਮੁੰਡਾ ਬਿਰਧ ਆਸ਼ਰਮ 'ਚ ਆਇਆ, 6 ਮਹੀਨੇ ਬਾਅਦ ਮਾਂ ਨੇ ਆਪਣੇ ਪੁੱਤ ਨੂੰ ਦੇਖਿਆ, ਉਹਨੂੰ ਗਲ ਨਾਲ ਲਾ ਕੇ ਭੁੱਬਾਂ ਮਾਰ ਮਾਰ ਕੇ ਰੋਣ ਲੱਗ ਗਈ ਅਤੇ ਬੇਬੇ ਕਹਿੰਦੀ ਪੁੱਤ ਜਦੋਂ ਤੂੰ ਛੋਟਾ ਜਿਹਾ ਸੀ, ਜਦੋਂ ਤੈਨੂੰ ਪਹਿਲੀ ਕਲਾਸ ਤੋਂ ਸਟਾਰਟ ਕੀਤਾ ਅਤੇ ਮੈਂ ਗੇਟ ਵੱਲ ਦੇਖਦੀ ਰਹਿਣਾ, 1 ਘੰਟਾ ਹੋ ਗਿਆ, 2 ਘੰਟੇ ਹੋ ਗਏ, 3 ਘੰਟੇ ਹੋ ਗਏ, 4, ਮੇਰਾ ਪੁੱਤ ਆਉਣ ਵਾਲਾ, ਹੁਣ 20 ਮਿੰਟ ਰਹਿ ਗਏ, 15 ਰਹਿ ਗਏ, 10, ਪੁੱਤ ਮੈਂ ਤੈਨੂੰ ਕਦੇ ਅੱਖਾਂ ਤੋਂ 1 ਦਿਨ ਵੀ ਦੂਰ ਨਹੀਂ ਕੀਤਾ ਸੀ, ਪਰ ਮੇਤੋਂ ਐਡੀ ਕਿਹੜੀ ਕੁਤਾਹੀ, ਐਡੀ ਕਿਹੜੀ ਗਲਤੀ ਹੋ ਗਈ ਕਿ ਤੂੰ ਐਡੀ ਵੱਡੀ ਸਜ਼ਾ ਦਿੱਤੀ। ਪਰ ਮਾਂ ਅੱਗਿਓਂ ਫਿਰ ਬੋਲੀ, ਕਹਿੰਦੀ ਪੁੱਤ ਅੱਜ ਵੀ ਕਸ਼ਟ ਇਸ ਕਰਕੇ ਦਿੱਤਾ ਹੈ, ਜੇ ਇੱਕ ਮੇਰੀ ਖੁਆਇਸ਼ ਤੂੰ ਪੂਰੀ ਕਰ ਦੇ। ਕਹਿੰਦੇ ਮੁੰਡਾ ਭਾਵੁਕ ਹੋ ਗਿਆ, ਹੌਕਾ ਭਰ ਕੇ, ਬੇਬੇ ਕੀ ਖੁਆਇਸ਼? ਕਹਿੰਦੀ ਮੈਨੂੰ ਪਤਾ ਤੂੰ ਮਜਬੂਰ ਹੈ, ਮੈਨੂੰ ਘਰ ਨਹੀਂ ਰੱਖ ਸਕਦਾ, ਪਰ ਮੇਰੇ ਮਰਨ ਤੋਂ ਬਾਅਦ ਮੇਰੀ ਇੱਕ ਖੁਆਇਸ਼ ਪੂਰੀ ਕਰ ਦੇਈ, ਇਸ ਬਿਰਧ ਆਸ਼ਰਮ 'ਚ ਨਵਾਂ ਬਣਿਆ ਹੈ, ਇੱਕ ਪੱਖਾ ਅਤੇ ਇੱਕ ਫਰਿੱਜ ਦਾਨ ਕਰ ਦੇਈ। ਮੁੰਡੇ ਨੇ ਫਿਰ ਬੇਬੇ ਨੂੰ ਸਵਾਲ ਕੀਤਾ, ਕਹਿੰਦਾ ਮਾਂ ਜਦ ਤੂੰ ਮਰ ਜਾਣਾ, ਕਹਿੰਦੀ ਤੂੰ ਮਰ ਜਾਣਾ, ਮਰਨ ਤੋਂ ਬਾਅਦ ਦਿਓ, ਫਿਰ ਪੱਖੇ ਅਤੇ ਮੇਰੇ ਫਰਿੱਜ ਦਿੱਤੇ ਦਾ ਫਾਇਦਾ ਕੀ? ਕਹਿੰਦੇ ਮਾਂ ਦਾ ਫਿਰ ਗਲਾ ਭਰਿਆ, ਕਹਿੰਦੀ ਪੁੱਤ ਮੈਨੂੰ ਇਸ ਗੱਲ ਦਾ ਯਕੀਨ ਹੈ, ਤੇਰੀ ਔਲਾਦ ਨੇ ਛੱਡਣਾ ਤੈਨੂੰ ਵੀ ਇੱਥੇ ਹੀ ਹੈ, ਤੇਰੀ ਔਲਾਦ ਨੇ ਛੱਡਣਾ ਤੈਨੂੰ ਵੀ ਇੱਥੇ ਹੀ ਹੈ। ਪਰ ਰੋਜ਼ ਇੱਕੋ ਹੀ ਚਿੰਤਾ ਵੱਢ ਵੱਢ ਕੇ ਖਾ ਰਹੀ ਸੀ ਪਿਛਲੇ 6 ਮਹੀਨਿਆਂ ਤੋਂ, ਵੀ ਮੇਰੇ ਪੁੱਤ ਨੂੰ ਜੇ ਮੇਰੇ ਵਾਂਗ ਇਹਨਾਂ ਗਰਮੀਆਂ 'ਚ ਗਰਮ ਪਾਣੀ ਪੀਣਾ ਪੈ ਗਿਆ, ਇਸ ਲਈ ਫਰਿੱਜ ਚਾਹੀਦਾ, ਮੇਰੇ ਪੁੱਤ ਨੂੰ ਮੇਰੇ ਵਾਂਗ ਗਰਮੀਆਂ 'ਚ ਬਿਨਾਂ ਪੱਖੇ ਤੋਂ ਰਹਿਣਾ ਪੈ ਗਿਆ, ਉਹ ਤਾਂ ਏਸੀ 'ਚ ਰਹਿੰਦਾ ਹੈ, ਇਸ ਕਰਕੇ ਇੱਕ ਫਰਿੱਜ, ਇੱਕ ਪੱਖਾ ਦਾਨ ਕਰ ਜੀ। ਇੰਨਾ ਕਹਿ ਕੇ ਕਹਿੰਦੇ ਮਾਂ ਨੇ ਅੱਖਾਂ ਮੀਟੀਆਂ, ਹੁਣ ਬੜਾ ਹਿਲਾਇਆ ਡਲਾਇਆ, ਪਰ ਇੱਕ ਵਾਰ ਜੋ ਦੁਨੀਆ ਤੋਂ ਚਲੇ ਜਾਣ, ਨਾ ਕੋਈ ਅੱਜ ਤੱਕ ਵਾਪਸ ਆਇਆ, ਕਿੱਥੇ ਦੁਨੀਆ ਗਈ ਹੈ, ਕਿੱਥੇ ਜਾਂਦੀ ਕਿਸੇ ਨੂੰ ਨਹੀਂ ਪਤਾ, ਪਰ ਫਿਰ ਉਹ ਪਛਤਾਵਾ ਕਰਦਾ ਉਸ ਗੱਲ 'ਤੇ ਵੀ ਮੈਂ ਕਿੱਡੀ ਵੱਡਾ ਗੁਨਾਹ ਕੀਤਾ, ਜਿਹੜੀ ਮਾਂ ਨੇ ਲੋਕਾਂ ਦੇ ਬੁੱਤੀਆਂ ਕਰਕੇ ਮੈਨੂੰ ਪੜ੍ਹਾਇਆ, ਮੈਨੂੰ ਜ਼ਿੰਦਗੀ 'ਚ ਕਾਮਯਾਬ ਕੀਤਾ, ਉਹਨੂੰ ਮੈਂ ਠੇਡੇ ਮਾਰ ਕੇ ਘਰੋਂ ਅੱਜ ਦਾ ਇਹ 80% ਇਹ ਚੰਡੀਗੜ੍ਹ ਵਰਗੇ ਸ਼ਹਿਰਾਂ ਦਾ ਸੱਚ ਹੈ। ਗਰੀਬਾਂ ਨੇ ਕਦੇ ਆਪਣੇ ਮਾਂ ਬਾਪ ਨੂੰ ਘਰੋਂ ਨਹੀਂ ਕੱਢਿਆ, ਗਰੀਬਾਂ ਨੇ ਜਿਹਨੂੰ ਇਕੋਨਮੀ ਪੱਖੋਂ ਆਪਾਂ ਕਹਿੰਦੇ ਨਾ ਗਰੀਬ ਹੈ, ਉਹਨਾਂ ਨੇ ਕਦੇ ਨਹੀਂ ਆਪਣੇ ਮਾਂ ਬਾਪ ਨੂੰ ਕੱਢਿਆ। ਜੇ ਧੱਕੇ ਦਿੱਤੇ ਹੈ ਤਾਂ ਭਾਈ ਇਹ ਪੈਸੇ ਵਾਲਿਆਂ ਨੇ ਦਿੱਤੇ, ਆਪਣੇ ਬਜ਼ੁਰਗਾਂ ਨੂੰ ਧੱਕੇ ਦਿੱਤੇ ਹੈ। ਸੋ ਇਹ ਗੀਤ ਰਾਹੀਂ ਇੱਕ ਮੈਸੇਜ ਆ, ਤੁਸੀਂ ਬੜਾ ਉਸ ਗੀਤ ਨੂੰ ਪਿਆਰ ਦਿੱਤਾ। ਘਰ ਛੱਡ ਕੇ ਬਾਹਰੋਂ ਭਾਲਦਾ ਏ, ਮੜੀਆਂ ਤੇ ਦੀਵੇ ਬਾਲਦਾ ਏ, ਉਹ ਇੱਕ ਵਾਰੀ ਉੱਠ ਗਈ ਮਮਤਾ ਦੀ ਸਿਰੋਂ ਛਾਂ ਨਹੀਂ ਮਿਲਣੀ, ਓ ਰੱਬ ਤੇ ਤੈਨੂੰ ਮਿਲ ਜੂ ਓਏ ਸੱਜਣਾ, ਮਾਂ ਨਹੀਂ ਮਿਲਣੀ, ਰੱਬ ਤੇ ਤੈਨੂੰ ਮਿਲ ਜੂ ਓਏ ਸੱਜਣਾ, ਮਾਂ ਨਹੀਂ ਮਿਲਣੀ, ਇਹ ਠੰਡੜੀ ਛਾਂ ਨਹੀਂ ਮਿਲਣੀ, ਓ ਤੈਨੂੰ ਛਾਵਾਂ ਦੇਣ ਲਈ ਧੁੱਪਾਂ ਵਿੱਚ ਸੜਦੀ ਰਹੀ, ਓਏ ਤੇਰੇ ਪੈਰੀ ਰੋੜ ਨਾ ਚੁੱਭ ਜਾਏ,
ए तलियां थले तरती रही तेरे पैर च रोड़ ना चुभ जाए ए तलियां थले तरती रही ओए बचपन बिच जीने चुकिया बचपन बिच जीने चुकिया ओ तेनू बानी मिलनी ओ रब ते तेनू मिल जू ओए सजना बानी मिलनी रब ते तेनू मिल जू ओए सजना बानी मिलनी ओ ठंडड़ी शानी मिलनी ओ अपने ढिड नू दे के गंदा पेट जिने तेरा भरिया ओए कहंदे गरीबी होवे खाण वाले चार होण ते रोटियां तीन होण करे गरीबी होवे खाण वाले चार रोटियां तीन मैनू भुख नहीं है कहण वाली सिर्फ ते सिर्फ मां है सिर्फ ते सिर्फ मां है सिर्फ ते सिर्फ मां अपने पेट नू दे के गंदा पेट जिने तेरा भरिया होए तेरी हर एक खुशी दी खातिर हर एक दुखड़ा जरिया होए मंग लैओ तो जान ओए तेनू ना नी मिलनी ओ रब ते तेनू मिल जू ओए सजना पानी मिलनी रब ते तेनू मिल जू ओए सजना पानी मिलनी ओ ठंडड़ी शानी मिलनी ओ एक बार खुल के ताड़ियां अंकल जी दे ले ममता अखां जिन्हां दे पानी आ गया दिलों आदब सत्कार जय रायपुर वाले आ किस्मत चंगी जिस हिस्से मां आई उस नाल माड़ा होर की होना जिसने मां ठुकराई रायपुर वाले आ किस्मत चंगी जिस हिस्से मायाई उस नाल माड़ा होर की होना जिसने मां ठुकराई पालियो नू ढोई कुल जहानी मिलनी ओ रब ते तेनू मिल जू ओए सजना पानी मिलनी रब ते तेनू मिल जू ओए सजना पानी मिलनी ओए मामा ठंडियां शामा शामा कौड़ी करे ओए मामा ठंडियां शामा शामा कौड़ी करे ओए मामा दे हर जाने लोको कौन परे मामा ठंडियां शामा करे ओए मामा ठंडियां शामा कौन करे कमले कोजे बच्चे भी मां लई हुंदे राज दुलारे कमले कोजे बच्चे भी मां लई हुंदे राज दुलारे देवी ना तू किसे नू रब्बा बच्चियां दे दुख पारे बच्चियां दी मां सदा ही नजरी उतार तरे एकम मामा ठंडियां शामा शामा कौन करे मामा ठंडियां शामा शामा कौन करे सवेरे उठ के एक काम करे करना अज तो तू मम्मी दे पैरी हाथ लाया करूं सवेरे उठ के वादा आया प्रॉमिस आया एक बार खोल के ताड़ी छोटे वीरे दे मामा ठंडियां शामा शामा कौन करे ओ मामा ठंडियां शामा शामा कौन करे मामा ठंडियां शामा शामा कौन करे ले माए ने असी बेड़ा बंड लिया ये ब्याह तो बाद सच हुंदा है बेबे इहदे पुत दो होण ना जदों ब्याह हो जाण ते फिर पुत भरा भरा नूं मामा भैणां दीआं गालां कढ़दा मापिआं दे सामणे लै माए नी असी बेड़ा बंड लिया ऐ खुशियां दा खेड़ा बंड लिया घर भी बंड ले खेत भी बंड लई हर थां नी दस किवें वंडांगे किवें वंडांगे तेनू मां नी दस किवें वंडांगे किवें वंडांगे तेनू मां
ਦੱਸ ਕਿਵੇਂ ਵਡਾਂਗੇ। ਸਭ ਕਹਿੰਦੇ ਨੇ ਮਾਂ ਸਾਹਾਂ ਤੋਂ ਵੱਖ ਕਦੇ ਨਾ ਹੋਵੇ, ਅੱਜ ਜਦੋਂ ਗੱਲ ਪਰਖੀ ਤਾਂ ਦਿਲ ਹੋ ਕੇ ਪਰ ਪਰ ਰੋਏ। ਇਸ ਦੁਨੀਆ ਤੇ ਮਮਤਾ ਜਿਉਂਦੀ ਜਾ ਉਸ ਰੱਬ ਦਾ ਨਾਂ, ਦੱਸ ਕਿਵੇਂ ਵੰਡਾਂਗੇ ਕਿਵੇਂ ਵੰਡਾਂਗੇ ਤੈਨੂੰ ਮਾਂ, ਦੱਸ ਕਿਵੇਂ ਵੰਡਾਂਗੇ ਕਿਵੇਂ ਵੰਡਾਂਗੇ ਤੈਨੂੰ ਮਾਂ, ਦੱਸ ਕਿਵੇਂ ਵੰਡਾਂਗੇ ਕਿਵੇਂ ਵੰਡਾਂਗੇ ਕਿਵੇਂ ਵੰਡਾਂਗੇ ਕਿਵੇਂ ਵੰਡਾਂਗੇ ਕਿਵੇਂ ਵੰਡਾਂਗੇ। ਇੱਕ ਵਾਰ ਫਿਰ ਆਪਣੀ ਆਪਣੀ ਬੇਬੇ ਦੇ ਲਈ ਪਲੀਜ਼ ਖੁੱਲ੍ਹ ਕੇ, ਆਪਣੇ ਬਾਪੂ ਦੇ ਲਈ ਖੁੱਲ੍ਹ ਕੇ ਤਾੜੀ। ਔਰ ਇਹ ਸੱਚ ਹੈ, ਜਿਨ੍ਹਾਂ ਘਰਾਂ 'ਚ ਬਜ਼ੁਰਗਾਂ ਦਾ ਆਦਰ ਸਤਿਕਾਰ ਹੈ, ਜੇ ਗੁਰਦੁਆਰੇ ਮੰਦਰ ਮਸਜਿਦ ਘੱਟ ਵੀ ਜਾ ਹੋ ਗਿਆ ਤੁਹਾਡਾ ਪ੍ਰਵਾਨ ਹੈ, ਪਰ ਘਰ ਬੈਠੇ ਰੱਬ ਨੂੰ ਜੇ ਦੁਰਕਾਰਿਆ ਤਾਂ ਕਿਤੇ ਵੀ ਢੋਏ ਨਹੀਂ। ਮਹਾਰਾਜ ਕਿਰਪਾ ਕਰੇ, ਬਜ਼ੁਰਗਾਂ ਦਾ ਆਦਰ ਸਤਿਕਾਰ ਹਰ ਥਾਂ ਬਣਿਆ ਰਹੇ। ਸਮਾਪਤੀ।